ਲੱਗਿਆ ਜੀ ਵੀ ਇਹ ਵੀਡੀਓ ਬਣਾ ਰਿਹਾ ਸੀ ਜੀ, ਫਾਰਸੀ ਦੂਜਾ ਉਹਨਾਂ ਨੂੰ ਪਤਾ ਲੱਗ ਗਿਆ, ਉਹ ਉੱਥੇ ਉਹਨਾਂ ਦਾ ਮੇਰਾ ਖਿਆਲ ਲੜਾਈ ਹੋਈ, ਉਹਨਾਂ ਦੇ ਵੀ ਕੀਤੀ ਜਾਊਗੀ ਤੇ ਜੇ ਇਹਨੇ ਜਿਹੜੀ ਮੂਵੀ ਬਣਾਈ ਹੈ ਇਹਦੇ ਤੇ ਵੀ ਕੀਤੀ ਹੈ। ਇਹ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਿਹਾ ਸੀਗਾ, ਕਿਹਨੂੰ ਬਾਰੇ ਕਿਹਨੂੰ ਨਹੀਂ ਬਾਰੇ, ਸਾਡੇ ਉਹ ਘੰਟੇ ਤੋਂ ਘੱਟੋ ਘੱਟ ਸਾਡੇ ਮਗਰ ਲੱਗਿਆ ਰੈਕਿੰਗ ਕਰ ਰਿਹਾ ਜੀ, ਪੂਰੀ ਪੂਰੀ ਕਾਰਵਾਈ ਦੀ ਮੰਗ ਕਰਦੇ ਹਾਂ। ਮੇਰਾ ਨਾਮ ਮਨੀਸ਼ ਆ, ਇੱਥੇ ਮੇਰੇ ਸਿਸਟਰ ਨੂੰ ਲੈ ਕੇ ਆਇਆ ਸੀ, ਪਤਾ ਨੀ ਕਿਸ ਕੇਸ ਲੈ ਕੇ ਆਇਆ ਮੈਂ ਆਇਆ, ਉੱਥੇ ਦੋ ਮੁੰਡੇ ਅੰਦਰ ਸਾਡੀ ਰੈਗਿੰਗ ਕਰਦੇ ਪਏ ਸੀਗੇ ਤੇ ਜਦੋਂ ਉਹਨਾਂ ਨੂੰ ਹਟਾਇਆ ਤੇ ਉਹਨਾਂ ਨੇ ਸਾਨੂੰ ਗਾਲ ਬੰਦਾ ਕੱਢਿਆ ਤੇ ਫਿਰ ਸਾਡੇ ਨਾਲ ਉਹ ਹੋਇਆ। ਇਹ ਮੇਰੀ ਭੈਣ ਦੀ ਆਪਣੀ ਵੀਡੀਓ ਬਣਾ ਰਿਹਾ ਸੀਗਾ ਤੇ ਬਣਾ ਕੇ ਪਤਾ ਨੀ ਕਿਹਨੂੰ ਬਾਰੇ ਕਿਹਨੂੰ ਨਹੀਂ ਬਾਰੇ ਸਾਡੀ ਰੈਗਿੰਗ ਕਰਦਾ ਪਿਆ ਆ, ਪਤਾ ਅਸੀਂ ਇਹਨੂੰ ਜਾਣਦੇ, ਦੋ ਘੰਟੇ ਤੋਂ ਘੱਟੋ ਘੱਟ ਸਾਡੇ ਮਗਰ ਲੱਗਿਆ ਰੈਗਿੰਗ ਕਰ ਰਿਹਾ। ਹਾਂਜੀ ਹਾਂਜੀ, ਸਾਰਾ ਫੋਨ ਤੇ ਰਿਪੋਰਟ ਇਕੱਲੇ ਇਕੱਲੇ ਬੰਦੇ ਨੂੰ ਦੇ ਰਿਹਾ, ਮਿੰਟ ਮਿੰਟ ਬਾਅਦ ਕਿ ਆਹ ਹੋ ਰਿਹਾ ਆ, ਉਹਨਾਂ ਨੇ ਫੜ ਲਿਆ, ਹੁਣ ਜਲੰਧਰ ਲੈ ਕੇ ਚੱਲੇ ਆ। ਹਾਂਜੀ, ਪੂਰੀ ਪੂਰੀ ਕਾਰਵਾਈ ਦੀ ਮੰਗ ਕਰਦੇ ਹਾਂ, ਇਹ ਬੰਦੇ ਨੂੰ ਅੰਦਰ ਬਣਾਇਆ ਜਾਵੇ। ਕਿਹਨੂੰ ਇਹ ਕਿਹਦੇ ਕਹਿਣ ਦੇ ਇੱਥੇ ਆਇਆ, ਕਿਹਦੇ ਕਹਿੰਦੇ ਵੀਡੀਓ ਬਣਾ ਰਿਹਾ? ਮੈਟਰ ਭਾਜੀ ਸਾਨੂੰ ਕੁਛ ਨਹੀਂ ਪਤਾ, ਮੇਰੇ ਸਿਸਟਰ ਨੂੰ ਇੱਥੇ ਲੈ ਕੇ ਆਇਆ ਸੀ ਥਾਣੇ 'ਚ ਤੇ ਉਹਦੇ ਰਿਕੋਰਡਿੰਗ ਸਰ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਗਿਆ ਆ, ਸਾਨੂੂੰ ਕੋਈ ਵੀ ਨਹੀਂ ਕੀਤਾ ਗਿਆ, ਉਹਨੂੰ ਜਲੰਧਰ ਲੈ ਕੇ ਗਏ ਆ, ਇਹ ਉਦੋਂ ਆ ਕੇ ਵੀਡੀਓ ਬਣਾਉਣ ਲੱਗਾ ਆ, ਹਰ ਸਾਨੂੰ ਕੁਛ ਵੀ ਨੋਟਿਸ ਨਹੀਂ ਆ, ਕੁਛ ਨਹੀਂ ਗਾ, ਸਿਰਫ ਪੂਜਾ ਦੇ ਨਾਂ 'ਤੇ ਕੰਪਲੇਂਟ ਆ, ਐੱਫ ਆਈ ਦਰਜ ਹੋਈ ਆ, ਕੌਣ ਆ ਪੂਜਾ ਕੌਣ ਨਹੀਂ ਹੈਗੀ, ਨਾ ਸਾਨੂੰ ਕੋਈ ਐੱਫ ਆਈ ਨੰਬਰ ਦੇ ਰਿਹਾ, ਨਾ ਸਾਨੂੰ ਕੰਪਲੇਟਰ ਦਾ ਕੋਈ ਦੇ ਰਿਹਾ, ਨਾ ਨਹੀਂ ਸਿਰਫ ਵੈਰੀਫਾਈ ਕਰਨ ਲਈ ਲੈ ਕੇ ਆਇਆ, ਬੰਦਾ ਉਹਨਾਂ ਨੇ ਭੇਜਿਆ ਹੋਇਆ, ਆਪਣਾ ਬੰਦਾ ਜਿਹਨਾਂ ਵੀ ਇੱਥੇ ਭੇਜਿਆ ਆ। ਕੁੱਟਿਆ ਗਿਆ ਜੀ, ਪਤਾ ਲੱਗਿਆ ਜੀ ਵੀ ਇਹ ਵੀਡੀਓ ਬਣਾ ਰਿਹਾ ਸੀ ਜੀ, ਤੇ ਇਸ ਕਰਕੇ ਉਹ ਜਿਹੜਾ ਪਰਿਵਾਰ ਸੀ ਦੂਜਾ ਉਹਨਾਂ ਨੂੰ ਪਤਾ ਲੱਗ ਗਿਆ, ਉਹ ਉੱਥੇ ਉਹਨਾਂ ਦਾ ਮੇਰਾ ਖਿਆਲ ਲੜਾਈ ਹੋਊਗੀ। ਲੱਗਦਾ ਸਰ ਵੀ ਜਿੱਦਾਂ ਕਾਨੂੰਨ ਉਹਨਾਂ ਨੇ ਹੱਥ 'ਚ ਲਿੱਤਾ, ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਊਗੀ? ਬਿਲਕੁਲ, ਉਹਨਾਂ 'ਤੇ ਵੀ ਕੀਤੀ ਜਾਊਗੀ ਤੇ ਜੇ ਇਹਨੇ ਜਿਹੜੀ ਮੂਵੀ ਬਣਾਈ ਹੈ ਇਹਦੇ 'ਤੇ ਵੀ ਕੀਤੀ ਜਾਊਗੀ, ਦੋਨਾਂ 'ਤੇ ਜਾਊਗੀ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।